ਮੈਂ ਇੱਕ ਦਿਨ ਜ਼ਰੂਰ ਹਾਰਸ ਰਾਈਡਿੰਗ ਜਿਹੜੀ ਹੈ ਮੈਂ ਸਿੱਖਾਂਗੀ। ਚਾਰ ਤਰੀਕੇ ਦੀ ਵਾਕ ਹੁੰਦੀ ਹੈ, ਠੀਕ ਹੈ। ਇੱਕ ਤਾਂ ਵਾਕ ਹੋ ਗਈ, ਤੇ ਇੱਕ ਦੂਜੀ ਹੁੰਦੀ ਤਰੋਟ, ਉਹ ਹੁੰਦੀ ਥੋੜ੍ਹਾ ਹੌਲਾ ਹੌਲਾ ਚੱਲਦਾ, ਠੀਕ ਹੈ। ਉਹਦੇ ਬਾਅਦ ਆਉਂਦੇ ਕੈਂਟਰ, ਕੈਂਟਰ ਹੁੰਦਾ ਥੋੜ੍ਹਾ ਜਿਹਾ ਤੇਜ਼ ਚੱਲਦਾ, ਦੌੜਦਾ ਪਰ ਬਹੁਤ ਤੇਜ਼। ਉਹਦੇ ਬਾਅਦ ਆਉਂਦਾ ਗੈਲਪ, ਗੈਲਪ ਫੁੱਲ ਸਪੀਡ। ਕੋਈ ਉਮਰ ਦੀ ਕੋਈ ਟੈਨਸ਼ਨ ਨਹੀਂ, ਤੁਸੀਂ ਕੋਈ ਪੈਸ਼ਨ ਤੁਹਾਡਾ ਹੈਗਾ, ਤੁਸੀਂ ਹਾਰਸ ਰਾਈਡਿੰਗ ਸਿੱਖਣੀ ਹੈ, ਕੋਈ ਔਰ ਚੀਜ਼ ਸਿੱਖਣੀ ਹੈ, ਜਦੋਂ ਮਰਜ਼ੀ ਕਰ ਲਓ। ਮੈਂ ਤਾਂ ਕਹਿ ਰਹੀ ਹਾਂ ਕੁੜੀਆਂ ਨੂੰ ਛੱਡੋ, ਜੇ ਕੋਈ 40 ਸਾਲ ਦਾ ਬੰਦਾ, 60 ਸਾਲ ਦਾ ਬੰਦਾ, ਕਰੋ। ਲਾਈਫ ਸਿੱਖਣ ਦੀ ਉਮਰ ਕੋਈ ਨਹੀਂ ਹੁੰਦੀ, ਤੁਸੀਂ ਜਦੋਂ ਸਿੱਖਣਾ ਚਾਹੁੰਦੇ ਹੋ ਉਸ ਚੀਜ਼ ਨੂੰ ਸਿੱਖ ਲਓ। ਇੱਕ ਸਮਾਂ ਸੀ ਜਦ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਘੁੜਸਵਾਰੀ ਕਰਦੇ ਸਨ, ਲੇਕਿਨ ਅੱਜ ਅਸੀਂ ਤੁਹਾਨੂੰ ਪਠਾਨਕੋਟ ਦੀ ਮੋਹਿਨੀ ਨਾਂ ਦੀ ਇੱਕ ਧੀ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ, ਜਿਸ ਨੇ ਨੌਜਵਾਨ ਗੱਭਰੂਆਂ ਦੀ ਤਰ੍ਹਾਂ ਹੀ ਘੁੜਸਵਾਰੀ ਦਾ ਸ਼ੌਂਕ ਪਾਲਿਆ। ਕਿਵੇਂ ਮੋਹਿਨੀ ਨੂੰ ਇਹ ਸ਼ੌਂਕ ਪੈਦਾ ਹੋਇਆ, ਆਪਾਂ ਇਸ ਬਾਰੇ ਗੱਲਬਾਤ ਕਰਾਂਗੇ। ਮੋਹਿਨੀ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਏਟੀ। ਸਤਿ ਸ਼੍ਰੀ ਅਕਾਲ ਸਾਰੇ ਨੂੰ, ਅਤੇ ਮੇਰਾ ਨਾਮ ਮੋਹਿਨੀ ਹੈ। ਮੋਹਿਨੀ, ਕਿਵੇਂ ਸਟਾਰਟ ਹੋਇਆ, ਕਿਵੇਂ ਘੁੜਸਵਾਰੀ? ਕਿਉਂਕਿ ਅਸੀਂ ਦੇਖਦੇ ਹਾਂ ਕਿ ਪਹਿਲਾਂ ਗੱਭਰੂ ਜਿਹੜੇ ਸੀ ਪੰਜਾਬ ਦੇ ਨੌਜਵਾਨ, ਉਹ ਕਰਦੇ ਸੀ ਘੁੜਸਵਾਰੀ, ਹੁਣ ਤਾਂ ਬਹੁਤ ਘੱਟ ਵੀ ਗਿਆ। ਹਾਂਜੀ, ਲੜਕੀਆਂ ਤਾਂ ਬਹੁਤ ਹੀ ਘੱਟ ਗਿਣਤੀ ਵਿੱਚ ਘੁੜਸਵਾਰੀਆਂ ਕਰਦੀਆਂ, ਤੁਹਾਨੂੰ ਕਿਵੇਂ ਸ਼ੌਂਕ ਪੈਦਾ ਹੋਇਆ? ਮੈਨੂੰ ਉਹਦਾ ਬਚਪਨ ਤੋਂ ਹੀ ਸ਼ੌਂਕ ਸੀ। ਮੈਂ ਇੱਦਾਂ ਜਿੱਦਾਂ ਫਿਲਮਾਂ 'ਚ ਵੇਖ ਲਿਆ, ਪੰਜਾਬੀ ਮੂਵੀਜ਼ 'ਚ ਵੇਖ ਲਿਆ, ਅਤੇ ਬਾਹਰ ਦੀ ਮੂਵੀਆਂ 'ਚ ਵੇਖ ਲਿਆ, ਸਾਰੀ ਜਗ੍ਹਾ ਇੱਦਾਂ ਲੋਕ ਘੋੜੇ 'ਤੇ ਜਾਂਦੇ ਆ, ਅਤੇ ਮੈਨੂੰ ਬੜੇ ਸੋਹਣੇ ਲੱਗਦੇ ਸੀ ਉਹ ਨਾ, ਅਤੇ ਮੈਨੂੰ ਉੱਧਰੋਂ ਹੀ ਸ਼ੌਂਕ ਸੀ ਮੈਨੂੰ ਬਚਪਨ ਤੋਂ ਹੀ ਕਿ ਮੈਂ ਇੱਕ ਦਿਨ ਜ਼ਰੂਰ ਹਾਰਸ ਰਾਈਡਿੰਗ ਜਿਹੜੀ ਹੈ ਮੈਂ ਸਿੱਖਾਂਗੀ। ਅਤੇ ਫਿਰ ਮੈਂ ਫਿਰ ਪਤਾ ਕੀਤਾ ਕਿ ਮੈਂ ਕਿੱਥੇ ਸਿੱਖ ਸਕਦੀ ਹਾਂ ਹਾਰਸ ਰਾਈਡਿੰਗ, ਅਤੇ ਫਿਰ ਬਸ ਮੈਨੂੰ ਇਹ ਕਲਾਸਿਸ ਲੱਭੀਆਂ, ਅਤੇ ਮੈਂ ਬਸ ਫਟਾਫਟ ਜੁਆਇਨ ਕਰ ਲਿਆ ਇੱਥੇ। ਅਸੀਂ ਦੇਖਦੇ ਹਾਂ ਪਰਿਵਾਰ ਦਾ ਵੀ ਕਈ ਵਾਰੀ ਕਾਫੀ ਰਹਿੰਦਾ ਹੈ ਸਾਰੀਆਂ ਚੀਜ਼ਾਂ ਵਿੱਚ, ਕਿ ਲੜਕੀ ਦੇ ਲਈ ਘੁੜਸਵਾਰੀ। ਬਿਲਕੁਲ ਬਿਲਕੁਲ ਜੀ, ਮੈਨੂੰ ਲੱਗਦਾ ਕਿ ਨਾ ਸਾਰੇ ਪੇਰੈਂਟਸ ਨੂੰ, ਮੇਰੇ ਪਰਸਨਲੀ ਪੇਰੈਂਟਸ ਬੜੇ ਸਪੋਰਟਿਵ ਹੈਗੇ ਆ। ਮੈਂ ਬੜੀ ਆਪਣੇ ਆਪ ਨੂੰ ਫੋਰਚੁਨੇਟ ਸਮਝਦੀ ਹਾਂ ਕਿ ਮੇਰੇ ਜਿਹੜੇ ਫੈਮਿਲੀ ਵਾਲੇ ਆ, ਉਹਨਾਂ ਨੇ ਹਮੇਸ਼ਾ ਮੇਰੇ ਸਾਰੇ ਪੈਸ਼ਨਾਂ ਨੂੰ ਬੜਾ ਸਪੋਰਟ ਕੀਤਾ। ਉਹਨਾਂ ਨੇ ਹਮੇਸ਼ਾ ਮੈਨੂੰ ਜਦੋਂ ਵੀ ਮੈਂ ਕੁਛ ਕਿਹਾ ਕਿ ਮੈਂ ਇਹ ਚੀਜ਼ ਸਿੱਖਣੀ ਹੈ, ਮੈਂ ਇਹ ਚੀਜ਼ ਸਿੱਖਣੀ ਹੈ, ਸਪੈਸ਼ਲੀ ਮੇਰੀ ਮਦਰ ਨੇ, ਅਤੇ ਉਹ ਤਾਂ ਬਸ ਕਹਿੰਦੇ ਕਿ ਚਲੋ ਅਸੀਂ ਪਤਾ ਕਰਕੇ ਆ ਰਹੇ ਹਾਂ, ਜਿਹੜੇ ਵੀ ਸ਼ੌਂਕ ਹੈ ਸਾਰੇ ਪੂਰੇ ਕਰਾਂਗੇ। ਅਤੇ ਮੈਨੂੰ ਲੱਗਦਾ ਕਿ ਕੁੜੀਆਂ ਦੇ ਤਾਂ ਸਪੈਸ਼ਲੀ ਸਾਰੇ ਸ਼ੌਂਕ ਪੂਰੇ ਕਰਨੇ ਚਾਹੀਦੇ ਆ, ਜਿਹੜੀ ਜਿਹੜੀ ਚੀਜ਼ਾਂ ਉਹ ਸਿੱਖਣਾ ਚਾਹੁੰਦੀਆਂ ਉਹਨਾਂ ਨੂੰ ਸਿਖਾਉਣੀ ਚਾਹੀਦੀ ਆ, ਉਹ ਤਾਂ ਸਾਰਿਆਂ ਨੂੰ ਹੀ ਸਿਖਾਉਣੀ ਚਾਹੀਦੀ ਹੈ, ਪਰ ਕੁੜੀਆਂ ਨੂੰ ਤਾਂ ਸਪੈਸ਼ਲੀ ਬਿਲਕੁਲ ਮਤਲਬ ਆਉਣੀ ਚਾਹੀਦੀ ਹੈ। ਅਤੇ ਹਾਰਸ ਰਾਈਡਿੰਗ ਤਾਂ ਇੱਕ ਇਹੋ ਜਿਹੀ ਸਕਿੱਲ ਹੈਗੀ ਹੈ, ਹਾਰਸ ਰਾਈਡਿੰਗ ਅਤੇ ਸਵਿਮਿੰਗ ਇਹੋ ਜਿਹੀ ਸਕਿੱਲ ਹੈਗੀ ਹੈ, ਜਿੱਥੇ ਤੁਸੀਂ ਥੋੜ੍ਹਾ ਜਿਹਾ ਟਾਈਮ ਦੇ ਦਿਓਗੇ ਅਤੇ ਇਹ ਸਕਿੱਲ ਤੁਹਾਡੇ ਨਾਲ ਰਹਿੰਦੀਆਂ ਰਹਿੰਦੀਆਂ, ਹੱਥ 'ਚ ਰਹਿੰਦੀਆਂ ਹੀ ਆ। ਇਹ 'ਚ ਤੁਸੀਂ 2 ਮਹੀਨੇ 3 ਮਹੀਨੇ ਲਾ ਦਿਓਗੇ ਇੱਕ ਵਾਰੀ, ਇਹ ਤੁਹਾਡੇ ਨਾਲ ਜ਼ਿੰਦਗੀ ਭਰ ਹੈ, ਕਿਤੇ ਵੀ ਕੰਮ ਆ ਸਕਦੀਆਂ। ਅਸੀਂ ਅਕਸਰ ਸੁਣਦੇ ਹਾਂ ਜਿਹੜੇ ਹਾਰਸ ਰਾਈਡਰ ਵੀ ਹੁੰਦੇ ਆ, ਉਹਨਾਂ ਤੋਂ ਵੀ ਸੁਣਦੇ ਆ ਕਿ ਸੱਟਾਂ ਲੱਗਦੀਆਂ ਬਹੁਤ, ਬਹੁਤ ਔਖਾ ਹੁੰਦਾ, ਅਤੇ ਤੁਹਾਨੂੰ ਕਦੇ ਕਿਵੇਂ ਦਾ ਅਹਿਸਾਸ ਹੁੰਦਾ, ਜਾਂ ਇਸ ਨੂੰ ਤੁਸੀਂ ਐਜ਼ ਏ ਸ਼ੌਂਕ ਦੇ ਤੌਰ 'ਤੇ ਦੇਖਦੇ ਹੋ ਜਾਂ ਪ੍ਰੋਫੈਸ਼ਨ ਵੇਸ ਨੂੰ ਵੇਖਣਾ ਚਾਹੁੰਦੇ? ਦੇਖੋ, ਉਹਦਾ ਮੈਂ ਤਾਂ ਪਰਸਨਲੀ ਇਹਨੂੰ ਇੱਦਾਂ ਸ਼ੌਂਕ ਦੇ ਤੌਰ 'ਤੇ ਦਿਖਦੀ ਹਾਂ, ਪਰ ਜੇ ਤੁਸੀਂ ਐਜ਼ ਆ ਪ੍ਰੋਫੈਸ਼ਨ ਇਹਨੂੰ ਕਰਨਾ ਚਾਹੁੰਦੇ ਹੋ ਫੋਲੋ, ਤਾਂ ਤੁਸੀਂ ਬਿਲਕੁਲ ਕਰ ਸਕਦੇ ਹੋ, ਇਹ 'ਚ ਬਹੁਤ ਹੀ ਜ਼ਿਆਦਾ ਸਕੋਪ ਹੈਗਾ। ਅਤੇ ਜਿਹੜੀ ਸੱਟਾਂ ਦੀ ਗੱਲ ਹੈ, ਦੇਖੋ ਮੈਨੂੰ ਲੱਗਦਾ ਕਿ ਇੱਦਾਂ ਤਾਂ ਲੱਗਦੀਆਂ ਨਹੀਂ, ਉੱਦਾਂ ਤੁਸੀਂ ਸੇਫਟੀ ਗੇਅਰ ਵਗੈਰਾ ਪਾ ਕੇ ਰੱਖੋ, ਲੈਗ ਦੇ ਸੇਫਟੀ ਗੇਅਰ, ਅਤੇ ਆਪਣੇ ਹੈੱਡ ਦੇ ਹੈਲਮੇਟ ਤਾਂ ਜ਼ਰੂਰ ਹੀ ਹੁੰਦਾ ਸਟਾਰਟਿੰਗ 'ਚ, ਉਹ ਜ਼ਰੂਰ ਹੀ ਹੁੰਦਾ। ਅਤੇ ਮੈਨੂੰ ਲੱਗਦਾ ਉਹਦਾ ਸੱਟਾਂ ਦਾ ਹੁੰਦਾ ਨਹੀਂ ਹੈ, ਜੇ ਕੋਈ ਪ੍ਰੋਫੈਸ਼ਨਲ ਬੰਦਾ ਹੋਏ, ਬੜਾ ਅਨਪ੍ਰੋਫੈਸ਼ਨਲ ਜਿਹਾ ਹੁੰਦਾ ਜਿਹੜੇ ਇੱਦਾਂ ਹੀ ਬਸ ਸਿਖਾ ਦਿੰਦੇ ਆ, ਟ੍ਰੇਨਿੰਗ ਉਹਨਾਂ ਨੇ ਲਿੱਤੀ ਨਹੀਂ ਹੁੰਦੀ, ਅਤੇ ਫਿਰ ਉਹ ਸਿਖਾ ਦੇਣਗੇ ਅਤੇ ਸਮਝ ਨਹੀਂ ਆਏਗਾ ਉਹਨਾਂ ਨੂੰ ਪਤਾ ਨਹੀਂ ਕਿ ਘੋੜੇ ਨੂੰ ਕਿੱਦਾਂ ਸਾਂਭਣਾ ਹੈ, ਕਿਉਂਕਿ ਘੋੜਾ ਨਾ ਜੀਵ ਹੈਗਾ, ਉਹ ਗੱਡੀ ਨਹੀਂ ਹੈ ਨਾ, ਜਿੱਦਾਂ ਗੱਡੀ ਹੈ ਤੁਸੀਂ ਬਸ ਚਲਾ ਲਈ ਫੜ ਲਈ, ਉਹ ਤਾਂ ਡਿੱਗ ਗਈ, ਨਹੀਂ ਇੱਥੇ ਧਿਆਨ ਰੱਖਣਾ ਪੈਂਦਾ ਘੋੜੇ ਨਾਲ। ਤੁਸੀਂ ਘੋੜਾ ਵੀ ਇੱਕ ਜੀਵ ਹੈਗਾ, ਉਹ ਵੀ ਸਾਡੇ ਵਾਂਗਰ ਹੀ ਹੈਗਾ, ਹਰ ਘੋੜੇ ਦੀ ਆਪਣੀ ਪਰਸਨੈਲਿਟੀ ਵੀ ਹੁੰਦੀ ਹੈ, ਸਾਰੇ ਘੋੜੇ ਵੱਖਰੇ ਹੁੰਦੇ ਆ। ਇਹ ਘੋੜਾ ਇਹ ਬੜਾ ਸ਼ਾਂਤ ਘੋੜਾ, ਇਸ ਤੋਂ ਇੱਕ ਹੋਰ ਘੋੜਾ ਸੀ ਸਾਡੇ ਕੋਲ ਨਾ,
ਉਹ ਕਾਲੇ ਰੰਗ ਦਾ, ਉਹ ਥੋੜ੍ਹਾ ਜਿਹਾ ਜ਼ਿਆਦਾ ਐਗਰੈਸਿਵ ਸੀ, ਤਾਂ ਉਹਨੂੰ ਅਲੱਗ ਤਰੀਕੇ ਨਾਲ ਹੈਂਡਲ ਕਰਨਾ ਪੈਂਦਾ ਸੀ। ਤੁਸੀਂ ਨਾ ਸਾਰੇ ਘੋੜਿਆਂ ਨੂੰ ਨਾ ਇੱਦਾਂ ਇੱਕ ਤਰੀਕੇ ਨਾਲ ਨਹੀਂ ਕਰ ਸਕਦੇ ਟ੍ਰੀਟ ਨਾ, ਅਤੇ ਮਤਲਬ ਇਹ ਘੋੜਾ ਤਾਂ ਬੜਾ ਹੀ ਸਮਝਦਾਰ ਹੈਗਾ, ਅਤੇ ਮੈਨੂੰ ਤਾਂ ਕਦੇ ਇਹਨੇ ਇੱਦਾਂ ਸੱਟ ਸੁੱਟ ਕਦੇ ਵੀ ਨਹੀਂ ਮਾਰੀ, ਅਤੇ ਇਹ ਤਾਂ ਸਟਾਰਟਿੰਗ 'ਚ ਦੌੜਦਾ ਵੀ ਨਹੀਂ ਸੀ। ਜਦੋਂ ਇਹਨੂੰ ਪਤਾ ਸੀ ਕਿ ਮੇਰੀ ਕਾਬਲੀਅਤ ਜਿਹੜੀ ਹੈਗੀ ਹੈ ਕਿ ਮੈਂ ਸਿਰਫ ਥੋੜ੍ਹਾ ਥੋੜ੍ਹਾ ਇਹਨੂੰ ਚਲਾ ਸਕਦੀ ਹਾਂ, ਉਦੋਂ ਇਹ ਥੋੜ੍ਹਾ ਥੋੜ੍ਹਾ ਚੱਲਦਾ ਸੀ, ਜਦੋਂ ਇਹਨੂੰ ਪਤਾ ਲੱਗਿਆ ਕਿ ਹਾਂ ਇਹ ਥੋੜ੍ਹੀ ਜਿਹੀ ਟ੍ਰੇਨਡ ਹੋ ਗਈ ਦੀ ਹੈ, ਹੁਣ ਇਹ ਥੋੜ੍ਹਾ ਜਿਹਾ ਦੌੜ ਸਕਦੀ ਹੈ, ਇਹ ਆਪੇ ਦੌੜਨ ਲੱਗ ਪਿਆ, ਮੈਨੂੰ ਕੁਛ ਕਹਿਣਾ ਹੀ ਨਹੀਂ ਪਿਆ, ਇਹ ਆਪੇ ਚੱਲਣ ਲੱਗ ਪਿਆ। ਅਤੇ ਬਸ ਪੰਜਵੇਂ ਦਿਨ 'ਤੇ ਮੈਂ ਇਹਨੂੰ ਰੋਡ 'ਤੇ ਚੜਾਤਾ ਸੀ, ਅਤੇ ਕੈਂਟਰ ਹੁੰਦੀ ਹੈ, ਚਾਰ ਤਰੀਕੇ ਦੀ ਵਾਕ ਹੁੰਦੀ ਹੈ, ਠੀਕ ਹੈ, ਇੱਕ ਤਾਂ ਵਾਕ ਹੋ ਗਈ, ਅਤੇ ਇੱਕ ਦੂਜੀ ਹੁੰਦੀ ਤਰੋਟ, ਉਹ ਹੁੰਦੀ ਹੈ ਥੋੜ੍ਹਾ ਹੌਲਾ ਹੌਲਾ ਚੱਲਦਾ, ਠੀਕ ਹੈ, ਉਹਦੇ ਬਾਅਦ ਆਉਂਦੀ ਹੈ ਕੈਂਟਰ, ਕੈਂਟਰ ਹੁੰਦਾ ਥੋੜ੍ਹਾ ਜਿਹਾ ਤੇਜ਼ ਚੱਲਦਾ, ਦੌੜਦਾ ਪਰ ਬਹੁਤ ਤੇਜ਼ ਨਹੀਂ। ਉਹਦੇ ਬਾਅਦ ਆਉਂਦਾ ਗੈਲਪ, ਗੈਲਪ ਫੁੱਲ ਸਪੀਡ, ਅਤੇ ਬਸ ਇਹਨੇ ਕੈਂਟਰ 'ਤੇ ਚੜ੍ਹਾਈ ਦਿੱਤਾ ਸੀ, ਅਤੇ ਅਗਲੇ ਦਿਨ ਗੈਲਪ 'ਚ ਵੀ ਆ ਗਿਆ ਸੀ। ਅਸੀਂ ਕੋਈ ਵੀ ਕੰਮ ਕਰੀਏ ਔਕੜਾ ਜ਼ਰੂਰ ਆਉਂਦੀ ਹੈ ਸ਼ੁਰੂਆਤੀ ਦੌਰ ਦੀ, ਜੇਕਰ ਗੱਲ ਕਰੀਏ ਘੁੜਸਵਾਰੀ ਕਰਨਾ ਬਹੁਤ ਡਿਫੀਕਲਟ ਮੰਨਿਆ ਜਾਂਦਾ, ਤੁਹਾਨੂੰ ਕਿਹੜੀਆਂ ਔਕੜਾਂ ਸਾਹਮਣੇ ਆਈਆਂ ਸ਼ੁਰੂਆਤ ਵਿੱਚ? ਇੱਕ ਤਾਂ ਨਾ ਲੋਕਾਂ ਨੂੰ ਕਾਫੀ ਇਹ ਮਿਸਕਨਸੈਪਸ਼ਨ ਜਿਹਾ ਲੱਗਦਾ, ਕਾਫੀ ਲੋਕ ਸੋਚਦੇ ਆ ਕਿ ਘੋੜਾ ਚਲਾਉਣਾ ਐਕਚੁਅਲੀ ਬੜਾ ਈਜ਼ੀ ਹੈਗਾ, ਤੁਸੀਂ ਬਸ ਘੋੜੇ 'ਤੇ ਬਹਿ ਜਾਣਾ, ਇਹੋ ਜਿਹਾ ਬਿਲਕੁਲ ਵੀ ਹੈ ਨਹੀਂ ਹੈ। ਘੋੜੇ ਨੂੰ ਐਕਚੁਅਲੀ ਬੜਾ ਹੀ ਜ਼ਿਆਦਾ ਸਟੈਮਿਨਾ ਚਾਹੀਦਾ ਹੁੰਦਾ, ਅਤੇ ਪਾਵਰ ਚਾਹੀਦੀ ਹੁੰਦੀ ਹੈ, ਲੈਗ ਦੀ ਪਾਵਰ ਸਪੈਸ਼ਲੀ। ਤੁਹਾਨੂੰ ਜੇ ਚਲਾਉਣਾ ਨਾ ਘੋੜਾ, ਤੁਸੀਂ ਨਾਲ ਨਾਲ ਆਪਣੇ ਉਹ ਕਰਨਾ, ਵਾਕ ਕਰਨਾ, ਵਾਕ ਕਰ ਕਹਿੰਦੀ ਹਾਂ ਮੈਂ, ਸੋਰਾ ਜੰਪ ਕਰਨਾ ਹੁੰਦਾ, ਠੀਕ ਹੈ, ਅਤੇ ਲੈਗ ਦੀ ਤੁਹਾਨੂੰ ਪਾਵਰ ਚਾਹੀਦੀ ਹੈ, ਅਤੇ ਸਟੈਮਿਨਾ ਤਾਂ ਤੁਹਾਨੂੰ ਬਹੁਤ ਚਾਹੀਦਾ, ਕਿਉਂਕਿ ਘੋੜੇ ਦਾ ਤਾਂ ਅਨਲਿਮਿਟਡ ਸਟੈਮਿਨਾ, ਬਹੁਤ ਹੀ ਜ਼ਿਆਦਾ ਸਟੈਮਿਨਾ ਹੁੰਦਾ ਘੋੜੇ ਦਾ, ਆਪਣਾ ਤੁਸੀਂ ਆਪਣਾ ਸਟੈਮਿਨਾ ਬਣਾਉਣਾ, ਅਤੇ ਉੱਦਾਂ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ, ਘੋੜੇ ਦੇ ਨਾਲ ਲੱਗ ਕੇ ਮਿਹਨਤ ਕਰਨੀ ਪੈਣੀ ਹੈ। ਜਦੋਂ ਤੁਸੀਂ ਸਿੱਖਦੇ ਸੀ ਕਿਵੇਂ ਦੇ ਮੈਂਟਰ ਸੀ ਤੁਹਾਡੇ, ਕਿਵੇਂ ਦਾ ਸਿਖਾਉਂਦੇ ਸੀ ਉਹਨਾਂ ਬਾਰੇ ਥੋੜ੍ਹਾ? ਮੇਰੇ ਜਿਹੜੇ ਉਸਤਾਦ ਹੈਗੇ ਉਹਨਾਂ ਦਾ ਨਾਂ ਇਹ ਹੈ ਸੋਨੂੰ ਜੱਟ ਹੈ, ਅਤੇ ਮਤਲਬ ਇਹਨਾਂ ਦੇ ਮੈਨੂੰ ਬਹੁਤ ਹੀ ਪਿਆਰ ਨਾਲ ਸਿਖਾਇਆ, ਬਹੁਤ ਹੀ ਪਿਆਰ ਨਾਲ, ਮਤਲਬ ਮੇਰੇ ਜਿੰਨੇ ਵੀ ਅਜੇ ਤੱਕ ਟੀਚਰਸ ਰਹੇ ਹੈਗੇ ਆ ਸਭ ਤੋਂ ਵਧੀਆ ਟੀਚਰ ਰਿਹਾ, ਮਤਲਬ ਇਹਨਾਂ ਨੇ ਇੰਨੇ ਪਿਆਰ ਨਾਲ ਸਿਖਾਇਆ ਨਾ, ਇਹਨਾਂ ਨੇ ਕਦੇ ਇੰਨੀ ਜੀ ਵੋਇਸ ਨਹੀਂ ਰੇਜ਼ ਕੀਤੀ ਮੈਂ ਤਾਂ, ਇੰਨੀ ਜੀ ਜੇ ਮੈਂ ਕੋਈ ਗਲਤੀ ਕਰ ਰਹੀ ਹਾਂ, ਹਮੇਸ਼ਾ ਇਹਨਾਂ ਨੇ ਇੱਦਾਂ ਕੀਤਾ, ਪੁੱਤ ਇਹ ਨਹੀਂ ਕਰਨਾ, ਉੱਦਾਂ ਕਰਨਾ, ਇਹ ਕਰਨਾ, ਬੜੇ ਹੀ ਪਿਆਰ ਨਾਲ ਸਿਖਾਇਆ, ਕਦੇ ਮੈਨੂੰ ਇੰਨਾ ਜਿਹਾ ਵੀ ਨਹੀਂ ਕੀਤਾ ਕਿ ਉਹ ਤੂੰ ਕੀ ਕਰੇ ਕਰਨੀ ਹੈ, ਇੱਦਾਂ ਨਹੀਂ ਕਰਨਾ, ਬੜੇ ਪਿਆਰ ਨਾਲ ਸਿਖਾਇਆ, ਅਤੇ ਮੈਨੂੰ ਲੱਗਦਾ ਇਹੋ ਜਿਹਾ ਹੀ ਸਿਖਾਉਣਾ ਚਾਹੀਦਾ। ਜੇ ਤੁਸੀਂ ਬੱਚੇ ਨੂੰ ਨਾ ਥੋੜ੍ਹਾ ਇੱਦਾਂ ਗੁੱਸਾ ਕਰੋਗੇ, ਉਹਦੇ ਨਾਲ ਉਹਨੂੰ ਆਉਣਾ ਥੋੜ੍ਹਾ, ਉਹ ਚੀਜ਼ ਆਉਣੀ ਥੋੜ੍ਹਾ, ਉਹਨੇ ਸਗੋਂ ਡਰ ਜਾਣਾ, ਉਹ ਹੋਰ ਗਲਤੀ ਕਰੇਗਾ, ਅਤੇ ਇੱਥੇ ਮੈਨੂੰ ਬੜੇ ਪਿਆਰ ਨਾਲ ਸਿਖਾਇਆ, ਅਤੇ ਮੈਨੂੰ ਸਭ ਤੋਂ ਵਧੀਆ ਚੀਜ਼ ਲੱਗੀ ਇੱਥੇ। ਅੱਜ ਵੀ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਮਾਪੇ ਆ ਜਿਹੜੇ ਕਈ ਵਾਰ ਧੀਆਂ ਨੂੰ ਇਹੋ ਜਿਹੀ ਖੇਡਾਂ ਖੇਡਣ ਦੇ ਲਈ ਜਾਂ ਇਹੋ ਜਿਹੀ ਜਿਵੇਂ ਘੁੜਸਵਾਰੀ ਹੋਵੇ ਜਾਂ ਕੋਈ ਹੋਰ ਅਜਿਹੇ ਸਪੋਰਟਸ ਹੋਣ ਉਹਦੇ ਵਿੱਚ ਹਿਚਕਚਾ ਜਾਂਦੇ ਆ, ਅਜਿਹੇ ਮਾਪਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਜੀ ਮੈਨੂੰ ਲੱਗਦਾ ਕਿ ਮਾਪਿਆਂ ਵੀ ਥੋੜ੍ਹੀ ਆਪਣੀ ਟੈਨਸ਼ਨ ਕਰਕੇ ਹੀ ਕਰਦੇ ਆ, ਕਿਉਂਕਿ ਥੋੜ੍ਹਾ ਜਿਹਾ ਤੁਹਾਨੂੰ ਪਤਾ ਕੁੜੀਆਂ ਨੂੰ ਲੈ ਕੇ ਮਾਹੌਲ ਥੋੜ੍ਹਾ ਜਿਹਾ ਹੁੰਦਾ, ਜਿੱਦਾਂ ਇਨਵਾਇਰਮੈਂਟ ਹੁੰਦਾ, ਤਾਂ ਸ਼ਾਇਦ ਉਹ ਕਰਕੇ ਥੋੜ੍ਹਾ ਮਾਪਿਆਂ ਨੂੰ ਟੈਨਸ਼ਨ ਹੁੰਦੀ ਹੈ। ਪਰ ਜਿੱਦਾਂ ਜਿੱਦਾਂ ਹੁਣ ਜ਼ਮਾਨਾ ਵੱਧ ਰਿਹਾ, ਲੋਕ ਅੱਗੇ ਵੱਧੇ ਕਰਦੇ ਆ, ਅਤੇ ਹੁਣ ਥੋੜ੍ਹੇ ਪੇਰੈਂਟਸ ਦੀ ਵੀ ਸੋਚ ਬੜੀ ਬਦਲਣ ਦੀ ਹੈ। ਹੁਣ ਮੇਰੇ ਪੇਰੈਂਟਸ ਦੇ ਜ਼ਮਾਨੇ 'ਚ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਨਹੀਂ ਘਰੋਂ ਬਾਹਰ ਨਿਕਲਣ ਦਿੰਦੇ ਸੀ, ਅਤੇ ਮੇਰੀ ਮੰਮੀ ਕਹਿੰਦੀ ਹੈ ਜਿਹੜੀ ਚੀਜ਼ਾਂ ਮੈਂ ਨਹੀਂ ਕਰ ਪਾਈ ਉਹ ਚੀਜ਼ਾਂ ਤੂੰ ਕਰੇਂਗੀ, ਉਹ ਆਪਣੇ ਆਪ ਨੂੰ ਮੇਰੇ ਅੰਦਰ ਦਿਖਦੇ ਆ। ਅਤੇ ਮੈਨੂੰ ਲੱਗਦਾ ਸਾਡੀ ਅੱਗੇ ਵਾਲੀ ਜਨਰੇਸ਼ਨ ਆਏਗੀ, ਉਹ ਅਸੀਂ ਉਹਨਾਂ ਨੂੰ ਉਹ ਵਾਲੀ ਚੀਜ਼ਾਂ ਕਰਾਵਾਂਗੇ ਜਿਹੜੀ ਅਸੀਂ ਵੀ ਨਹੀਂ ਕਰ ਪਾਏ, ਅਤੇ ਮੈਨੂੰ ਲੱਗਦਾ ਜਨਰੇਸ਼ਨ ਨਾਲ ਬਿਲਕੁਲ ਠੀਕ ਹੋ ਜਾਏਗਾ। ਅਤੇ ਮੈਂ ਤਾਂ ਸਾਰੇ ਪੇਰੈਂਟਸ ਨੂੰ ਕਹਾਂਗੀ ਕਿ ਤੁਸੀਂ ਭੇਜੋ, ਬੱਚਿਆਂ ਨੇ ਅੱਜ ਨਹੀਂ ਤਾਂ ਕੱਲ੍ਹ ਕਰਨਾ ਹੀ ਆ, ਉਹਨਾਂ ਨੇ ਕਰਨਾ ਤਾਂ ਹੈ ਹੀ ਆ, ਆਪਣੇ ਪੈਸ਼ਨ ਉਹਨਾਂ ਨੇ ਫੋਲੋ ਕਰਨੇ ਆ, ਪੈਸ਼ਨ 'ਚ ਹੀ ਤੁਹਾਨੂੰ ਖੁਸ਼ੀ ਮਿਲਣੀ ਆ। ਅੱਜ ਵੀ ਕੋਈ ਲੜਕੀਆਂ ਹੈਗੀਆਂ ਘੁੜਸਵਾਰੀ ਵਰਗੀ ਜਿਹੜੀ ਖੇਡਾਂ ਨਹੀਂ ਖੇਡਦੀਆਂ ਜਾਂ ਇਹੋ ਜਿਹੇ ਸਪੋਰਟਸ ਨਹੀਂ ਚਾਹੁੰਦੀਆਂ, ਉਹ ਲੜਕੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਜੀ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਤੁਸੀਂ ਬਸ ਦੇਖੋ, ਤੁਹਾਨੂੰ ਦੋ ਹੀ ਚੀਜ਼ਾਂ ਚਾਹੀਦੀ ਆ, ਪੈਸ਼ਨ ਅਤੇ ਡੈਡੀਕੇਸ਼ਨ, ਇਹ ਤੁਹਾਨੂੰ ਚਾਹੀਦੀ ਚਾਹੀਦੀ ਆ। ਜੇ ਤੁਹਾਡੇ ਅੰਦਰ ਡੈਡੀਕੇਸ਼ਨ ਹੈ, ਤੁਹਾਨੂੰ ਆਪਣੇ ਉੱਤੇ ਕੌਨਫੀਡੈਂਸ ਰੱਖਣਾ, ਜੇ ਤੁਹਾਨੂੰ ਆਪਣੇ ਅੰਦਰ ਕੌਨਫੀਡੈਂਸ ਹੈ ਤੁਹਾਨੂੰ ਕੋਈ ਨਹੀਂ ਰੋਕ ਸਕਦਾ,
ਕੋਈ ਨਹੀਂ ਰੋਕ ਸਕਦਾ, ਅੱਜ ਨਹੀਂ ਤਾਂ ਕੱਲ੍ਹ ਟਾਈਮ ਲੱਗ ਸਕਦਾ, ਠੀਕ ਹੈ, ਤੁਸੀਂ ਅੱਜ ਨਹੀਂ ਕਰ ਸਕਦੇ ਕਿਉਂਕਿ ਅੱਜ ਤੁਹਾਡੀ ਮਜਬੂਰੀ ਹੋਏਗੀ, ਕੁਛ ਹੋਏਗੀ, ਤੁਸੀਂ ਕੱਲ੍ਹ ਕਰ ਲਓਗੇ, ਕੋਈ ਉਮਰ ਦੀ ਕੋਈ ਟੈਨਸ਼ਨ ਨਹੀਂ। ਤੁਸੀਂ ਕੋਈ ਪੈਸ਼ਨ ਤੁਹਾਡਾ ਹੈਗਾ, ਤੁਸੀਂ ਹੋਰਸ ਰਾਈਡਿੰਗ ਸਿੱਖਣੀ ਹੈ, ਕੋਈ ਹੋਰ ਚੀਜ਼ ਸਿੱਖਣੀ ਹੈ, ਜਦੋਂ ਮਰਜ਼ੀ ਕਰ ਲਓ। ਮੈਂ ਤਾਂ ਕਹਿ ਰਹੀ ਹਾਂ ਕੁੜੀਆਂ ਨੂੰ ਛੱਡੋ, ਜੇ ਕੋਈ 40 ਸਾਲ ਦਾ ਬੰਦਾ, 60 ਸਾਲ ਦਾ ਬੰਦਾ, ਕਰੋ, ਲਾਈਫ ਸਿੱਖਣ ਦੀ ਉਮਰ ਕੋਈ ਨਹੀਂ ਹੁੰਦੀ, ਤੁਸੀਂ ਜਦੋਂ ਸਿੱਖਣਾ ਚਾਹੁੰਦੇ ਹੋ ਉਸ ਚੀਜ਼ ਨੂੰ ਸਿੱਖ ਲਓ। ਬਿਲਕੁਲ, ਇਹ ਸਨ ਸਾਡੇ ਨਾਲ ਪਠਾਨਕੋਟ ਦੀ ਉਹ ਧੀ ਜਿਹੜੀ ਘੁੜਸਵਾਰੀ ਦੇ ਵਿੱਚ ਇੱਕ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ, ਹੋਰਨਾਂ ਮਾਪਿਆਂ ਨੂੰ ਵੀ ਅਪੀਲ ਕਰ ਰਹੀ ਹੈ ਕਿ ਆਪਣੇ ਬੱਚਿਆਂ ਦੇ ਜੋ ਵੀ ਸੁਪਨੇ ਹਨ, ਜੋ ਵੀ ਉਹਨਾਂ ਦੇ ਪੈਸ਼ਨ ਹਨ, ਉਹਨਾਂ ਨੂੰ ਫੁਲਫਿਲ ਕਰਨ ਦੇ ਵਿੱਚ, ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਉਹ ਆਪਣਾ ਵਡਮੁੱਲਾ ਯੋਗਦਾਨ ਦੇਣ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।